ਖਾਲਸਾ ਏਡ ਆਪਣੇ ਕੰਮਾਂ ਕਾਰਨ ਪੂਰੀ ਦੁਨੀਆਂ ਵਿੱਚ ਜਾਣੀ ਜਾਂਦੀ ਹੈ ਅਤੇ ਖਾਲਸਾ ਏਡ ਮੁਖੀ ਰਵੀ ਸਿੰਘ ਦੇ ਦਿੱਤੇ ਛੋਟੇ ਛੋਟੇ ਬਿਆਨ ਜਾਂ ਤੰਜ ਬਹੁਤ ਅਹਿਮੀਅਤ ਰੱਖਦੇ ਹਨ। ਅੱਜ ਕੱਲ੍ਹ ਉਹਨਾਂ ਦਾ ਇਸੇ ਤਰ੍ਹਾਂ ਦਾ ਹੀ ਇੱਕ ਟਵੀਟ ਬਹੁਤ ਸੁਰਖੀਆਂ ਬਟੋਰ ਰਿਹਾ ਹੈ, ਜਿਸ ਵਿੱਚ ਉਹਨਾਂ ਨੇ ਖੁਦ ਇੰਗਲੈਂਡ ਸਰਕਾਰ ਨੂੰ ਪੁੱਛਿਆ ਹੈ ਕਿ ਤੁਸੀਂ ਮੈਨੂੰ ਗ੍ਰਿਫਤਾਰ ਕਰੋਗੇ। ਉਹਨਾਂ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਡੀਅਰ ਬ੍ਰਿਟਿਸ਼ ਗਵਰਨਮੈਂਟ, ਆਈ ਵਿਸ਼ ਟੂ ਸੈਟ ਅਪ ਐਨ ਇੰਡੀਪੈਂਡੈਂਟ ਕੰਟਰੀ ਇਨ ਇੰਗਲੈਂਡ, ਇਟ ਵਿਲ ਬੀ ਕਾਲਡ ਰਵਿਸਤਾਨ, ਇਟ ਵਿਲ ਬੀ ਬਿਟਵੀਨ ਸਲਫ ਐਂਡ ਸਾਊਥ ਹਾਲ, ਵਿਲ ਆਈ ਬੀ ਅਰੈਸਟਡ ਐਂਡ ਜੇਲ ਫੋਰ ਦਿਸ ਪੋਲੀਟੀਕਲ ਵਿਊ, just asking for my friends in India who cannot express such opinions without arrest। ਇਸ ਟਵੀਟ ਦੇ ਮੁਤਾਬਿਕ ਰਵੀ ਸਿੰਘ ਨੇ ਕਿਹਾ ਕਿ ਉਹ ਇੰਗਲੈਂਡ ਦੇ ਕਲੱਫ ਐਂਡ ਸਾਊਥ ਹਾਲ ਦੇ ਵਿੱਚ ਰਵਿਸਤਾਨ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਉਹਨਾਂ ਨੂੰ ਇਸ ਵੱਖਰੀ ਸੋਚ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਲਿਖਦਿਆਂ ਕਿਹਾ ਕਿ ਉਹ ਇਹ ਸਭ ਇਸ ਲਈ ਪੁੱਛ ਰਹੇ ਹਨ ਕਿਉਂਕਿ ਭਾਰਤ ਵਿੱਚ ਉਹਨਾਂ ਦੇ ਦੋਸਤਾਂ ਨੂੰ ਵੱਖਰੇ ਵਿਚਾਰ ਰੱਖਣ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੇ ਇਸ ਟਵੀਟ ਨੂੰ ਆਪਣੇ ਆਫੀਸ਼ੀਅਲ ਪੇਜ ਤੇ ਵੀ ਲੋਕਾਂ ਨਾਲ ਸ਼ੇਅਰ ਕੀਤਾ ਹੈ। ਇਸ ਫੇਸਬੁੱਕ ਦੀ ਪੋਸਟ ਵਿੱਚ ਉਹਨਾਂ ਨੇ ਟਾਈਮਸ ਆਫ ਇੰਡੀਆ ਦੀ ਇੱਕ ਨਿਊਜ਼ ਵੀ ਪਾਈ ਹੈ, ਜਿਸ ਦੇ ਅਨੁਸਾਰ 3 ਸਿੱਖਾਂ ਨੂੰ ਸਿਰਫ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਕੋਲ ਧਾਰਮਿਕ ਕਿਤਾਬਾਂ ਮਿਲੀਆਂ ਸਨ। ਇਸ ਟਵੀਟ ਰਾਹੀਂ ਰਵੀ ਸਿੰਘ ਨੇ ਭਾਰਤ ਦੀ ਸਰਕਾਰ ਤੇ ਤੰਜ ਕਸਿਆ ਹੈ ਅਤੇ ਸਵਾਲ ਪੁੱਛਿਆ ਹੈ ਕਿ ਕਿਸੇ ਨੂੰ ਧਾਰਮਿਕ ਕਿਤਾਬਾਂ ਰੱਖਣ ਦੇ ਆਧਾਰ ਤੇ ਗ੍ਰਿਫਤਾਰ ਕਰਨਾ ਕਿੰਨਾ ਕੁ ਜਾਇਜ਼ ਹੈ। ਇਹ ਟਵੀਟ ਭਾਰਤ ਦੇ ਖੋਖਲੇ ਹੋ ਰਹੇ ਸਿਸਟਮ ਦੀ ਪੋਲ ਖੋਲਦਾ ਦਿਖਾਈ ਦੇ ਰਿਹਾ ਹੈ। ਇਸ ਪੋਸਟ ਤੋਂ ਬਾਅਦ ਬਹੁਤ ਲੋਕ ਰਵੀ ਸਿੰਘ ਦੇ ਇਸ ਟਵੀਟ ਨਾਲ ਸਹਿਮਤੀ ਦਿਖਾਉਂਦਿਆਂ ਸਰਕਾਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰ ਰਹੇ ਹਨ ਅਤੇ ਨਾਲ ਹੀ ਹੋਰ ਕਈ ਗੰਭੀਰ ਸਵਾਲ ਵੀ ਚੁੱਕ ਰਹੇ ਹਨ ਜਿਸ ਦਾ ਸਰਕਾਰਾਂ ਨੂੰ ਜਵਾਬ ਦੇਣਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ। ਬਿਊਰੋ ਰਿਪੋਰਟ, ਪ੍ਰਾਈਮ ਉਦੇ।